ਦੀ ਸਰਕਾਰ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਦੀ ਤਾਰੀਖ 10 ਜੂਨ ਨਿਰਧਾਰਤ ਕੀਤੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਝੋਨੇ ਦੀ ਬਿਜਾਈ ਕਿਸਾਨਾਂ ਵੱਲੋਂ ਆਰੰਭਕ ਦਿੱਤੀ ਗਈ ਹੈ ਕਿਸਾਨਾਂ ਨੇ ਪਹਿਲਾਂ ਹੀ ਦਿਨ ਸੈਂਕੜੇ ਏਕੜ ਰਕਵੇ ਵਿੱਚ ਝੋਨਾ ਲਾਇਆ ਹੈ ਜਿਸ ਬਾਰੇ ਕਿਸਾਨ ਕਹਿੰਦੇ ਨੇ ਕਿ ਲੇਬਰ ਦੀ ਘਾਟ ਤੇ ਝੋਨੇ ਦੀ ਫਸਲ ਵੇਚਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਬਚਣ ਲਈ ਅਸੀਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਇਹ ਕਿਸਾਨ ਨੇ ਜਿਹੜੇ ਦਿੱਲੀ ਮੋਰਚੇ ਦੇ ਵਿੱਚ ਡਟੇ ਬੈਠੇ ਨੇ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਉਦੋਂ ਬਾਅਦ ਦੇ ਵਿੱਚ ਜੇ ਅਸੀਂ ਇੱਥੋਂ ਝੋਨੇ ਨੂੰ ਲਾ ਲਾਂਗੇ ਜਿਹੜੇ ਲੋਕ ਸਾਡੇ ਕਿਸਾਨ ਵੀਰ ਸਾਡੇ ਦਿੱਲੀ ਮੋਰਚੇ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਦੇ ਬਾਣਾ ਦੇ ਵਿੱਚ ਵੀ ਝੋਨਾ ਲਵਾਉਣਾ ਹੈਗਾ ਸਮੱਸਿਆ ਤੇ ਸਮੱਸਿਆ ਖੜੀ ਹੈ ਸਰਕਾਰ ਲੋਕਾਂ ਦੇ ਪਰੇਧੀ ਕਰੀ ਜਾਂਦੀ ਹੈਗੀ ਨਹਿਰਾ ਸੂਰਾਂ ਦੇ ਵਿੱਚ ਦੇਖ ਲਓ ਕਿਸੇ 'ਚ ਪਾਣੀ ਨਹੀਂ ਹੈਗਾ ਛੱਡਿਆ ਸਰਕਾਰ ਨੇ 10 ਤਰੀਕ ਨੇੜੇ ਲੱਗ ਗਈ ਸਾਰਿਆਂ ਤੋਂ ਪਹਿਲਾਂ ਜੀ ਇਹੀ ਕਹਿਣਾ ਚਾਹੁੰਦਾ ਆ ਵੀ ਲੇਬਰ ਦੀ ਘਾਟ ਪੈਂਦੀ ਆ ਜੀ। ਬਾਕੀ ਸਾਡੇ ਕਿਸਾਨ ਵੀਰ ਦਿੱਲੀ ਬੈਠੇ ਨੇ। ਅਸੀਂ ਝੋਨਾ ਲਾ ਕੇ ਉਸ ਤੋਂ ਬਾਅਦ ਦਿੱਲੀ ਜਾਵਾਂਗੇ ਉਹਨਾਂ ਨੂੰ ਛੱਡਾਂਗੇ। ਫਿਰ ਉਸ ਤੋਂ ਬਾਅਦ ਜੀ ਫਿਰ ਡੀਜ਼ਲ ਵੀ ਮਹਿੰਗਾ ਹੈਗਾ। ਸਾਰਾ ਗੁਸਾ ਬਾਣ ਭਰਨੇ ਵੀ ਔਖੇ ਨੇ। ਸਾਰੀਆਂ ਦਿੱਕਤਾਂ ਹੀ ਦਿੱਕਤਾ ਹੁੰਦੀਆਂ। ਸਰਕਾਰ ਨੇ 10 ਜੂਨ ਦਾ ਜੋ ਹੁਕਮ ਜਾਰੀ ਕੀਤਾ ਹੈ। ਅਸੀਂ ਸਾਡੇ ਕਿਸਾਨਾਂ ਵੱਲੋਂ ਜਣੀ 5 ਤੋਂ 6 ਜੂਨ ਤੋਂ ਜਿਹੜੀ ਬਿਜਾਈ ਲਵਾਈਆ ਸ਼ੁਰੂ ਕਰਤੀ। ਇਹ ਸਾਡੀ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਨ ਵਾਸਤੇ ਕੋਈ ਹੈਂਕੜਵਾਜੀ ਨਾ ਸਮਝਿਆ ਜਾਵੇ ਕਿਉਂਕਿ ਸਾਡੀ ਮਜਬੂਰੀ ਹੈ ਕਿਸਾਨਾਂ ਦੀ ਮਜਬੂਰੀ ਹੈ ਜਿਹੜਾ 10 ਜੂਨ ਤੋਂ ਇੱਕੋ ਟਾਈਮ ਮਤਲਬ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਕਰਨੀ ਹੈ ਉਹਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਲੇਬਰ ਨਹੀਂ ਮਿਲਦੀ ਫਿਰ ਪਾਣੀ ਹੈ ਜਿਹੜਾ